ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੀ ਫੋਨ ਕਾਲਸ ਕਿਊ ਦੇ ਵਿੱਚ ਹੈਗੀਆਂ ਔਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਕਮੈਂਟਸ ਇਸ ਮੁਤਲਕ ਜਾਣਨ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਛੋਟੇ ਤੋਂ ਪਿਆਰ ਭਰੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਠੀਕ ਹੋ? ਹਾਂਜੀ ਬਸ ਚੜ੍ਹਦੀ ਕਲਾ ਜੀ। ਦੇਖੋ ਮੈਂ ਤੁਸੀਂ ਨਾ ਮੁੱਦਾ ਉਠਾਇਆ ਕਿ ਝਗੜੇ ਦੀਆਂ ਜੜ੍ਹਾਂ ਕਿਹੜੀਆਂ ਆ। ਜੀ ਜੀ ਦੇਖੋ ਮੈਂ ਥੋੜੀ ਤੁਹਾਡੇ ਕੋਲ ਇੱਕ ਮਿੰਟ ਲੈਣਾ ਕਿ ਝਗੜੇ ਕਰਾਉਂਦਾ ਕੌਣ ਆ, ਕਿਹੜੇ ਜਿਹੜੇ ਕੱਟੜ ਉਹੋ ਹੀ ਝਗੜੇ ਕਰਾਉਂਦੇ ਆ। ਜੀ ਜੀ ਕਿ ਮੈਂ ਤੁਹਾਨੂੰ ਇੱਕ ਰਾਈਟਰ ਦੀ ਮੈਂ ਜਿੱਦਾਂ ਬੁੱਕ ਪੜ੍ਹੀ ਉਹ ਰਾਜੇ ਦੁਨੀਆ ਤੇ ਨਾ ਆ, ਚਲੋ ਮੈਂ ਹੁਣ ਨਾਂ ਤਾਂ ਨਹੀਂ ਲੈਣਾ ਤੇ ਤੁਸੀਂ ਥੋੜੀਆਂ ਜੀ ਉਹਦੇ ਲੈਕਸ ਮੈਂ ਤੁਹਾਨੂੰ ਸੁਣਾ ਰਿਹਾ ਕਿ ਹੁਣੇ ਖਾਨ ਬਦੁਲ ਗਫਾਰ ਖਾਨ ਆਏ ਹਨ, ਉਹ ਸਾਰੇ ਮੁਲਕ ਨੂੰ ਸਮਝਾਉਂਦੇ ਫਿਰਦੇ ਹਨ ਹਿੰਦੂ ਮੁਸਲਿਮ ਏਕਤਾ ਦੀ ਗੱਲ ਜੀ, ਪਰ ਉਹ ਬੜੇ ਪੱਕੇ ਮੁਸਲਮਾਨ ਹਨ ਜੀ, ਉਸ ਵਿੱਚ ਰੱਤੀ ਭਰ ਕਮੀ ਨਹੀਂ ਹੈ, ਉਹਨਾਂ ਦੇ ਪੱਕੇ ਮੁਸਲਮਾਨ ਹੋਣ ਵਿੱਚ ਰੱਤੀ ਭਰ ਕਮੀ ਨਹੀਂ ਆ ਜੀ, ਉਹਨਾਂ ਦੇ ਮਸਜਿਦ ਵਿੱਚ ਨਵਾਜ਼ ਪੜ੍ਹਨ ਵਿੱਚ ਕੋਈ ਸਵਾਲ ਨਹੀਂ ਉੱਠਦਾ ਉਹਨਾਂ ਨੂੰ, ਉਹ ਪੱਕੇ ਮੁਸਲਮਾਨ ਤੇ ਹਿੰਦੂ ਮੁਸਲਮਾਨ ਦੀ ਏਕਤਾ ਸਮਝਾ ਰਹੇ ਹਨ। ਤੇ ਦੇਖੋ ਇਹ ਗੱਲ ਫਿਨਿਸ਼ ਹੋ ਗਈ ਹੈ ਨਾ, ਤੇ ਅੱਗੇ ਗਾਂਧੀ ਜੀ ਪੱਕੇ ਹਿੰਦੂ ਸਨ ਤੇ ਹਿੰਦੂ ਮੁਸਲਮਾਨ ਏਕਤਾ ਦੀ ਗੱਲ ਸਮਝਾ ਰਹੇ ਹਨ, ਜਿਹੋ ਜਿਹੇ ਗੁਰੂ ਸਨ ਉਹੋ ਜਿਹੇ ਉਹਨਾਂ ਦੇ ਸ਼ਿਸ਼ ਜਿਹੜੇ ਹੁੰਦੇ ਆ ਤੇ ਉਹ ਪੱਕੇ ਹਿੰਦੂ ਸਨ, ਉਹਨਾਂ ਦੇ ਸਿਰ ਪੱਕੇ ਸ਼ਿਸ਼ ਪੱਕੇ ਮੁਸਲਮਾਨ ਸਨ। ਨਹੀਂ ਮੈਂ ਮੱਖਣ ਸਿੰਘ ਜੀ ਇੱਕ ਸਵਾਲ ਤੁਹਾਡੇ ਤੋਂ ਪੁੱਛੂਗਾ, ਕੌਣ ਪੱਕਾ ਮੁਸਲਮਾਨ ਹੈ ਔਰ ਕੌਣ ਪੱਕਾ ਸਿੱਖ ਹੈ ਜਾਂ ਫਿਰ ਕੌਣ ਪੱਕਾ ਹਿੰਦੂ ਹੈ? ਇਹ ਤਾਂ ਮੈਂ ਗੱਲ ਕਹਿ ਰਿਹਾ ਕਿ ਜਦ ਤੱਕ ਦੁਨੀਆ ਵਿੱਚ ਪੱਕੇ ਹਿੰਦੂ ਅਤੇ ਪੱਕੇ ਮੁਸਲਮਾਨ ਹਨ ਜਾਂ ਪੱਕੇ ਸਿੱਖ ਹਨ ਤਦ ਤੱਕ ਏਕਤਾ ਕਿਵੇਂ, ਤੁਸੀਂ ਜਵਾਬ ਦੇ ਸਕਦੇ, ਤਦ ਤੱਕ ਏਕਤਾ ਕਿਵੇਂ ਹੋ ਸਕਦੀ ਹੈ ਦੁਨੀਆ 'ਚ? ਇਹਨਾਂ ਨੂੰ ਕੁੱਝ ਕੱਚਾ ਕਰਨਾ ਜ਼ਰੂਰੀ ਹੈ ਤਦੇ ਏਕਤਾ ਹੋ ਸਕਦੀ ਹੈ, ਨਹੀਂ ਦੁਨੀਆ 'ਚ ਇਹ ਜਿਹੜਾ ਆਪਣੇ ਗੁੰਡਾਗਰਦੀ ਜੋ ਦੁਨੀਆ ਤੇ ਵੋਟਾਂ, ਮੈਂ ਤੁਸੀਂ ਤਿੰਨਾਂ ਦੀ ਗੱਲ ਕੀਤੀ ਆ, ਤੁਸੀਂ ਗੱਲਾਂ ਕੀਤੀ ਹਿੰਦੂ ਦੀ, ਤੁਸੀਂ ਗੱਲ ਕੀਤੀ ਮੁਸਲਮਾਨਾਂ ਦੀ, ਸਿੱਖਾਂ ਦੀ ਅਸੀਂ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਈਏ, ਗੀਤਾ ਦੀ ਗੱਲ ਕਰ ਲਈਏ, ਕੁਰਾਨ ਦੀ ਗੱਲ ਕਰ ਲਈਏ, ਤਿੰਨਾਂ ਦਾ ਨਿਚੋੜ ਕੱਢ ਲਓ, ਸਿਰਫ ਅਗਰ ਤਿੰਨਾਂ ਨੇ ਅਗਰ ਕੋਈ ਗੱਲ ਸਮਝਾਈਏ ਤੇ ਲਵ ਐਂਡ ਕਰੇਜ ਐਂਡ ਹਿਊਮੈਨਿਟੀ ਤੋਂ ਇਲਾਵਾ ਕੋਈ ਗੱਲ ਮੈਨੂੰ ਸਮਝ ਨਹੀਂ ਆਉਂਦੀ ਸਮਰੀ, ਅਗਰ ਮੈਂ ਕੀਵਰਡਸ ਕੱਢਾਂ। ਹਾਂਜੀ 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 ਬਿਲਕੁਲ ਠੀਕ ਹੈ, ਬਿਲਕੁਲ ਠੀਕ ਆ। ਦੇਖੋ ਇਵੇਂ ਪੱਕੇ ਹੋ ਗਏ ਏਕਤਾ ਨਹੀਂ ਹੋ ਸਕਦੀ, ਇਹੋ ਝਗੜੇ ਇਹੋ ਕਹਿੰਦੇ ਵੀ ਇਹੀ ਝਗੜੇ ਦੀ ਜੜ ਹੈ ਇੱਕ। ਜੀ 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 ਚਲੋ ਬਹੁਤ 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 ਧੰਨਵਾਦ ਮੱਖਣ ਸਿੰਘ ਜੀ, ਬਿਲਕੁਲ ਇਹੀ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ, ਇਹਨਾਂ ਨੂੰ ਜੇ ਕੱਟੜਪੰਥੀਆਂ ਨੇ ਕਿਤੇ ਨਾ ਕਿਤੇ ਵੰਡ ਰਹੇ ਨੇ, ਔਰ ਜਿਸ ਕਰਕੇ ਲੱਖਾਂ ਗਊ, ਹਾਂਜੀ ਜਿਹੜੀਆਂ ਲੱਖਾਂ ਗਊਆਂ ਪੰਜਾਬ 'ਚ ਗਊ ਜਿੰਨਾ ਦਿਮਾਗ ਕਿਸੇ ਨੇ, ਪਰ ਝਗੜੇ ਦੀ ਜੜ ਇਹ ਗਊਆਂ ਹਿੰਦੁਸਤਾਨ ਛੱਡੀਆਂ ਕਿਉਂ ਗਈਆਂ ਆ, ਇੱਕ ਝਗੜੇ ਦੀ ਜੜ ਆ। ਜੀ 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 ਉਹੀ ਤਾਂ ਡਿਬੇਟ ਆ ਨਾ ਜੀ, ਗਊ ਮਾਤਾ ਰਾਮ ਮੰਦਿਰ ਇਸੇ ਦੇ ਵਿੱਚ ਅੱਜ ਕੱਲ੍ਹ ਬੰਨਿਆ ਹੋਇਆ, ਕਿਉਂ ਨਹੀਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਮੇਕ ਇਨ ਇੰਡੀਆ ਤੁਸੀਂ ਲੈ ਕੇ ਆਏ ਸੀ, ਡਿਜੀਟਲ ਇੰਡੀਆ ਦੀ ਗੱਲ ਤੁਸੀਂ ਕੀਤੀ ਸੀਗੀ, ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਦੀ ਤੁਸੀਂ ਗੱਲ ਕੀਤੀ ਸੀਗੀ, ਅਜੇ ਜਿਹੜੇ ਤੁਸੀਂ ਨਵੇਂ ਨਵੇਂ ਟੈਕਨੀਕਸ ਟੈਕਨੋਲੋਜੀ ਆਲਟਰਨੇਟਿਵ ਫਾਰਮਿੰਗ ਅਸੀਂ ਲੈ ਕੇ ਆਵਾਂਗੇ, ਬਿਲਡਿੰਗਸ ਬਣਾਵਾਂਗੇ, ਇਲੈਕਟ੍ਰਿਸਿਟੀ ਮਿਲੇਗੀ, ਮੁਫਤ ਰਾਸ਼ਨ ਮਿਲੇਗਾ, ਪੈਟਰੋਲ ਡੀਜ਼ਲ ਦੇ ਜਿਹੜੇ ਕੀਮਤ ਨੇ ਉਹ ਘੱਟ ਹੋਣਗੇ, ਪ੍ਰੋਪਰਟੀ ਦੇ ਰੇਟ ਵਧਣਗੇ, ਖੁਸ਼ਹਾਲੀ ਆਏਗੀ, ਅੱਛੇ ਦਿਨ ਆਉਣਗੇ। ਲੈਟਸ ਸੀ, ਵੀ ਆਰ ਇਨ ਦਾ ਹੋਪ। ਸਰ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਨੇ ਇਸ ਮਤਲਬ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਬੜੇ ਵਿਚਾਰ ਸੁਣੇ ਤੁਹਾਡੇ ਵੀ, ਹੋਰਨਾਂ ਦੇ ਵੀ, ਪਰ ਮੈਂ ਦੱਸਦਾ ਜੀ ਇਹਨਾਂ ਨੇ ਬੀਜੇਪੀ 1990 ਚ ਆ ਜਾਏਗੀ, ਪਰ ਗੱਲ ਇੱਕ ਹੈ, ਜਮੁਨਾ ਸਾਫ਼ ਹੋਈ ਨਹੀਂ, ਗੰਗਾ ਸਾਫ਼ ਤਾਂ ਹੋਈ ਨਹੀਂ ਪਿਛਲੇ ਵੋਟਾਂ, ਪਿਛਲੇ 5 ਸਾਲਾਂ 'ਚ, ਪਤਾ ਨਹੀਂ ਜਮੁਨਾ ਸਾਫ਼ ਕਰਨ ਲੱਗਣਗੇ। ਨੰਬਰ 2 ਜੀ, ਇਹਨਾਂ ਨੇ ਨੋਟਬੰਦੀ ਕੀਤੀ ਸੀਗੀ ਪਹਿਲੀ ਵਾਰੀ, ਹਾਂਜੀ ਉਹ ਜੀ ਨਹੀਂ ਠੀਕ ਚੱਲੀ, ਉਹ ਪੁਰਾਣੀ ਗੌਰਮੈਂਟ ਦਾ ਉਹਨਾਂ ਨੂੰ ਬਦਨਾਮ ਕੀਤਾ। ਹਾਂਜੀ ਇਹ ਜੋ ਕੁਛ ਕਰਦੇ ਨੇ, ਜਿਹੜਾ ਠੀਕ ਹੁੰਦਾ ਆਪਣਾ, ਜੇ ਨਹੀਂ ਠੀਕ ਹੁੰਦਾ ਉਹ ਪੁਰਾਣੀ ਗੌਰਮੈਂਟ ਨਾਲ ਬਦਨਾਮ ਕਰਦੇ ਨੇ। ਹੁਣ ਅਗਲੀਆਂ ਵੋਟਾਂ ਵੀ ਤੁਹਾਨੂੰ ਦੱਸਿਆ, ਮੈਨੂੰ ਲੱਗਦਾ ਕਿ ਇਹ ਦੁਬਾਰਾ ਆ ਜਾਣਗੇ। ਤਾਂ ਤੁਸੀਂ ਗਊ ਮਾਤਾ ਦਾ ਮਸਲਾ ਕੀਤਾ ਨਾ, ਪਹਿਲੇ 5 ਸਾਲਾਂ 'ਚ ਅੱਗੇ ਬੱਕਰੀ ਦਾ ਹੋ ਜਾਏਗਾ ਜਾਂ ਮੱਝ ਦਾ ਹੋ ਜਾਏਗਾ, ਇਹਨਾਂ ਨੇ ਕੁਛ ਨਾ ਕੁਛ ਕਰਨਾ ਹੀ। ਹਾਂਜੀ ਮੈਂ ਕਹ ਇਹ ਮਜ਼ਾਕ ਬਣਿਆ ਪਿਆ, ਸਾਰਾ ਜ਼ੋਰ ਲੱਗਿਆ ਪਿਆ ਹਿੰਦੁਸਤਾਨ 'ਚ ਮਜ਼ਹਬੀ ਤਣਾਅ ਪੈਦਾ ਕਰਕੇ ਜਿੱਤਣ ਦਾ, ਹੋਰ ਕੁਛ ਨਹੀਂ।
ਅੱਛਾ ਸਰ ਮੈਨੂੰ ਇੱਕ ਗੱਲ ਦੱਸੋ, ਅੱਜ ਤੁਹਾਨੂੰ ਮੌਕਾ ਮਿਲੇ, ਸਰ ਮੈਨੂੰ ਗੱਲ ਦੱਸੋ, ਅੱਜ ਤੁਹਾਨੂੰ ਮੌਕਾ ਮਿਲੇ ਇੰਡੀਆ ਦੇ ਵਿੱਚ ਇਨਵੈਸਟ ਕਰਨ ਦਾ, ਤੁਸੀਂ ਪੈਸੇ ਇਨਵੈਸਟ ਕਰੋਗੇ? ਮੇਰਾ ਤਾਂ ਖਿਆਲ ਨਹੀਂ ਜੀ, ਦੇਖੋ ਜੀ ਬਿਊਰੋਕਰੇਸੀ ਇੰਨੀ ਭੈੜੀ ਹੈ, ਅਸੀਂ ਕਰ ਵੀ ਚੁੱਕੇ ਹਾਂ, ਮੇਰੇ ਬ੍ਰਦਰ ਵੀ ਕਰ ਚੁੱਕੇ ਆ, ਉਹ ਕਹਿੰਦੇ ਮੱਥਾ ਟੇਕਿਆ ਜੀ ਮੁੜ ਕੇ ਨਹੀਂ ਜਾਣਾ ਉੱਥੇ। ਮਤਲਬ ਇਸ ਕਰਪਸ਼ਨ ਕਰਕੇ ਤੁਸੀਂ ਇੰਡੀਆ ਦੇ ਵਿੱਚ ਹੁਣ ਜਿਹੜੀ ਇਨਵੈਸਟਮੈਂਟ ਹੈ ਉਹ ਨਹੀਂ ਕਰੋਗੇ? ਔਰ ਲੇਕਿਨ ਉੱਥੇ ਤਾਂ ਗੱਲ ਕਹੀ ਜਾ ਰਹੀ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ, ਉਹ ਤਾਂ ਨਿਯੋਤਾ ਦੇ ਦਿੰਦੇ, ਪ੍ਰਧਾਨ ਮੰਤਰੀ ਆਏ ਸੀਗੇ ਜਦ ਲੰਡਨ ਦੇ ਵਿੱਚ ਵੀ ਉਹਨਾਂ ਨੇ ਨਿਯੋਤਾ ਦਿੱਤਾ ਸੀਗਾ ਸਾਰੇ ਵਸਨੀਕਾਂ ਨੂੰ ਕਿ ਤੁਸੀਂ ਆਓ ਭਾਰਤ ਦੇ ਵਿੱਚ ਇਨਵੈਸਟ ਕਰੋ। ਹਾਂਜੀ, ਪਰ ਗੱਲ ਇੱਕ ਹੈ ਜੀ, ਉੱਥੇ ਤੁਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਆਪਣਾ ਬਿਜ਼ਨਸ ਖੋਲਿਆ, ਕਿਸੇ ਟੈਕਸ ਇੰਸਪੈਕਟਰ ਦੀ ਲੜਕੀ ਸ਼ਾਦੀ ਹੈ ਜੀ, ਉਹ ਪੈਸੇ ਮੰਗਦਾ, ਉਹ ਕਾਰਾਂ ਮੰਗਦਾ, ਸਾਨੂੰ ਕਾਰਾਂ ਦਿਓ। ਬਹੁਤ ਤਿੰਨ ਚਾਰ ਸਾਡੇ ਏਰੀਏ 'ਚ ਇੱਥੋਂ ਗਏ ਨੇ ਬਿਜ਼ਨਸਮੈਨ, ਵਾਪਸ ਆ ਗਏ, ਸਭ ਕੁਝ ਲੈ, ਕਹਿੰਦੇ ਜੀ ਉੱਥੇ ਨਹੀਂ ਜਾਣਾ ਮੁੜ ਕੇ। ਬਿਲਕੁਲ ਬਿਲਕੁਲ ਬਿਲਕੁਲ, ਕਿਉਂ ਨਹੀਂ ਜਾਣਾ ਉੱਥੇ ਦੇ ਬਿਜ਼ਨਸਮੈਨ ਤਾਂ, ਉੱਥੇ ਦੇ ਬਿਜ਼ਨਸਮੈਨ ਤਾਂ ਤੁਹਾਡੇ ਕੋਲ ਆ ਰਹੇ ਨੇ, ਤੁਸੀਂ ਕਿਵੇਂ ਜਾ ਸਕਦੇ ਹੋ ਉੱਥੇ? ਨਹੀਂ, ਬੜਾ ਬੜਾ ਮੁਸ਼ਕਿਲ ਹੈ, ਉਹ ਜਿਹੜੇ ਇੱਥੋਂ ਗਏ ਸਨ ਬਿਜ਼ਨਸਮੈਨ ਉੱਥੋਂ ਵਾਪਸ ਆ ਰਹੇ ਨੇ, ਕਹਿੰਦੇ ਨਹੀਂ ਜੀ ਅਸੀਂ ਮੁੜ ਕੇ ਇਨਵੈਸਟਮੈਂਟ ਨਹੀਂ ਕਰਨੀ। ਪਰ ਮੈਂ ਦੇਖੋ ਜੀ, ਮੈਂ ਹਿੰਦੁਸਤਾਨੀ ਹਾਂ, ਮੈਂ ਉੱਥੇ ਦਾ ਬੋਰਨ ਹਾਂ, ਪਰ ਮੈਂ ਆਈ ਕੈਨ ਅੰਡਰਸਟੈਂਡ ਯੂਰ ਫੀਲਿੰਗ ਸਰ, ਮੈਂ ਤੁਹਾਡੀ ਫੀਲਿੰਗਸ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਸਮਝ ਰਿਹਾ। ਜਿਹੜੇ ਚੇਂਜਸ ਨਹੀਂ ਆ ਰਹੀਆਂ ਨਾ, ਉਹ ਨਹੀਂ ਆ ਰਹੀਆਂ, ਬਸ ਇਹ ਗੱਲ ਹੈ ਜੀ। ਜੀ 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 ਜੀ, ਥੈਂਕ ਯੂ ਵੈਰੀ ਮਚ ਫੋਰ ਯੂਰ ਪ੍ਰੀਸ਼ੀਅਸ ਟਾਈਮ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲਸ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਜੀ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਰਕੀਰਤ ਜੀ, ਤੁਸੀਂ ਬੜਾ ਵਧੀਆ ਮੁੱਦਾ ਲਿਆਂਦਾ ਤੇ ਬਹੁਤ ਸਾਰੀਆਂ ਗੱਲਾਂ ਕਹਿ ਹੋ ਚੁੱਕੀਆਂ ਜੀ ਜੀ, ਪਰ ਮੈਂ ਤੁਸੀਂ ਇੱਕ ਹੋਰ ਗੱਲ ਯਾਦ ਕਰਾਉਣੀ ਚਾਹੁੰਦਾ ਸਾਰੇ ਸੁਣਨ ਵਾਲਿਆਂ ਨੂੰ ਤੇ ਤੁਹਾਨੂੰ ਵੀ ਜੀ। ਇਹ ਗੱਲਾਂ ਠੀਕ ਹੈ ਕਿ ਇੰਡੀਆ ਦੇ ਵਿੱਚ ਪ੍ਰੋਬਲਮਾਂ ਹੈਗੀਆਂ ਜੀ, ਹਾਂਜੀ, ਪਰ ਸਾਨੂੰ ਪੋਜ਼ਿਟਿਵ ਵੀ ਸੋਚਣਾ ਚਾਹੀਦਾ ਜੀ। ਜਿਹੜੇ ਲੋਕੀ ਇਕਨੋਮਿਕਸ ਬਾਰੇ ਜਾਣਦੇ ਨੇ, ਮੈਂ ਉਹਨਾਂ ਨੂੰ ਜ਼ਰੂਰ ਬਤਾਊਗਾ ਕਿ ਇਸ ਵੇਲੇ ਇੰਡੀਆ ਦੀ ਮੇਜਰ ਇਕਨੋਮੀ 'ਚ ਨੰਬਰ 1 ਇਕਨੋਮੀ ਆ ਜੀ। ਸਾਡੀ ਗਰੋਥ 7.2% ਆ ਜੀ, ਠੀਕ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਜਿਹੜੀ 7.2% ਗਰੋਥ ਹੋਣੀ, ਉਹ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਆ, ਜਿੱਦਾਂ ਤੁਸੀਂ ਕਹਿੰਦੇ ਬਿਜਲੀ ਹੈ ਨਹੀਂ, ਆਹ ਹੈ ਨਹੀਂ, ਇੱਦਾਂ ਨਾ, ਕਿਉਂਕਿ ਗੌਰਮੈਂਟ ਨੂੰ ਜਾਂ ਚਾਂਸਲਰ ਨੂੰ ਪੈਸੇ ਚਾਹੀਦੇ ਆ, ਉਹਦੇ ਕੋਲ ਪੈਸੇ ਟੈਕਸ ਆਏਗਾ ਤਾਂ ਉਹ ਖਰਚੂਗਾ, ਨਹੀਂ ਤਾਂ ਉਹਦਾ ਕਿਹੜਾ ਜੀ ਨਹੀਂ ਕਰਦਾ ਕਿ ਮੈਂ ਹੋਰ ਲੋਕਾਂ ਨੂੰ ਖੁਸ਼ ਕਰਾਂ ਤੇ ਮੁੜ ਕੇ ਫਿਰ ਸਾਡੀ ਗਵਰਨਮੈਂਟ ਆ ਜਾਵੇ ਜੀ, ਹਨਾ। ਆਪਾਂ ਜੈਨੂਇਨਲੀ ਗੱਲਾਂ ਕਰੀਏ, ਸਾਡਾ ਦੇਸ਼ ਬਹੁਤ ਹੀ ਪਿਆਰਾ ਆ, ਹੁਣ ਇਹ ਕਾਲਰ ਕਹਿ ਕੇ ਗਿਆ ਕਿ ਸਾਨੂੰ ਪਿਆਰ ਆ, ਮੈਨੂੰ ਵੀ ਬਹੁਤ ਪਿਆਰ ਆ, ਪਰ ਥੋੜ੍ਹੀ ਨਾ ਨੈਗੇਟਿਵਿਟੀ ਮੀਡੀਆ ਨੂੰ ਤੇ ਜਿਹੜੇ ਆਪਣੇ ਓਪੋਜੀਸ਼ਨ ਪਾਰਟੀਆਂ ਆ ਜੀ, ਉਹਨਾਂ ਨੂੰ ਖਿਆਲ ਨਾ ਕਰਨੀ ਚਾਹੀਦੀ ਆ ਕਿ ਉਸ ਗੱਲ ਦੀ ਅਸੀਂ ਵਿਰੋਧ ਤਾਂ ਕਰੀਏ ਜਿਹੜੀ ਹੈ ਨਾ, ਉਹ ਚੰਗੀ ਨਹੀਂ। ਇੱਦਾਂ ਨਹੀਂ ਕਿ ਹਰ ਗੱਲ ਹੀ ਉੱਥੇ ਮਾੜੀ ਆ, ਹਰ ਗੱਲ ਹੀ ਉਹ ਜਿਹੜੀ ਗਵਰਨਮੈਂਟ ਕਰਦੀ ਉਹ ਭੈੜੀ ਕਰਦੀ ਆ, ਉਹ ਸਾਡੀ ਚੁਣੀ ਗਵਰਨਮੈਂਟ ਆ, ਸਾਡੇ ਲੋਕ ਆ, ਸਾਡੇ ਭੈਣ ਭਾਈ ਆ, ਉਹ ਸਾਡੇ ਚਾਚੇ ਤਾਏ ਆ, ਸਾਡੇ ਭਰਾ ਆ। ਅੱਛਾ ਸਰ, ਇੱਕ ਤੁਸੀਂ ਕਿਹਾ ਕਿ ਇੰਡੀਆ ਇਕਨੋਮੀ ਦੇ ਵਿੱਚ ਨੰਬਰ 1 ਹੈ, ਔਥੈਂਟੀਕੇਟ ਕਰੀਏ ਅਸੀਂ ਤਾਂ, ਮੈਂ ਆਪਣੇ ਦਰਸ਼ਕਾਂ ਨੂੰ ਦਰਖਵਾਸਤ ਕਰਾਂਗਾ ਕਿ ਆਪਣੇ ਮੋਬਾਈਲ ਦੇ ਵਿੱਚ ਹੁਣੇ ਵਿਕੀਪੀਡੀਆ ਖੋਲ ਕੇ ਇਕਨੋਮੀ ਆਫ ਇੰਡੀਆ ਚੈੱਕ ਕਰਨ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਆਪਾਂ ਗੱਲ ਕਰ ਲਈ ਉਹਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੈਲੋ 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 ਜੀ, ਸੁਣ ਪਾ ਰਹੇ ਹੋ ਤੁਸੀਂ ਮੈਨੂੰ? ਉਹ ਯਾਰ, ਮੈਨੂੰ ਲੱਗਾ ਸਾਡੀ ਕੱਟ ਹੋ ਗਈ। ਅੱਛਾ ਜੀ, ਮੈਂ ਨਾ, ਸਾਡੀ ਆਵਾਜ਼ ਨਹੀਂ ਆ ਰਹੀ। ਹੋਰ ਸਾਡੇ ਨਾਲ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਔਰ ਕੀ ਰਿਹਾ, ਮੈਂ ਗੁਰਦੇਵ ਸਿੰਘ ਭੋਗਲ ਬੋਲ ਰਿਹਾ, ਮੈਂ ਤੁਹਾਡਾ ਸਿਰਫ ਇੱਕ ਮਿੰਟ ਲੈਣਾ। ਜੀ 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 ਜੀ,
ਇੱਕ ਮਿੰਟ ਲੈਣਾ ਉਹ ਇਸ ਕਰਕੇ ਕਿ ਜਿਹੜੇ ਸਾਡੇ ਸਾਡੇ ਵੀਰ ਜੀ ਪਹਿਲਾਂ ਇੱਕ ਗੱਲ ਕਹਿ ਕੇ ਗਏ ਸੀਗੇ ਨਾ ਵੀ ਤੁਹਾਨੂੰ ਸਵਾਲ ਪੁੱਛਿਆ ਸੀਗਾ ਉਹ ਜਿਹੜਾ ਸਟੇਟਮੈਂਟ ਦਿੱਤਾ ਸੀ ਉਹਨਾਂ ਨੇ ਚੁਟਾਲੇ ਉਹਨਾਂ ਨੇ ਅਤੇ ਤੁਸੀਂ ਫਿਰ ਜਵਾਬ ਵੀ ਬੜਾ ਸੋਹਣਾ ਦਿੱਤਾ ਵੀ ਉਹ ਕਹਿੰਦੇ ਸੀ ਇਹ ਤਾਂ ਐਵੇਂ ਪੋਲੀਟੀਕਲ ਸਟੰਟ ਵਾ ਅਤੇ ਫਿਰ ਇਹਦਾ ਮਤਲਬ ਇਹ ਹੋਇਆ ਤਾਂ ਮੇਰੀ ਜੱਜਮੈਂਟ ਬਿਲਕੁਲ ਰਾਈਟ ਸੀ ਮੈਂ ਰਿਆੜ ਸਾਹਿਬ ਦੇ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਆ ਇੱਕ ਦੋ ਵਾਰੀ ਤੁਹਾਡੇ ਵੀ ਕਹੀ ਆ ਉਹ ਮੈਂ ਇਹ ਕਹੀ ਸੀਗੀ ਵੀ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਨਾ ਸਿਆਸੀ ਲੋਕ ਨੇ ਉਹ ਜਦੋਂ ਆਪਣੇ ਅਹੁਦਿਆਂ ਦੀ ਸਹੁੰ ਖਾਂਦੇ ਨੇ ਉਹ ਸੱਚ ਦੇ ਸੱਚ ਬੋਲਣ ਦੀ ਸਹੁੰ ਨਹੀਂ ਖਾਂਦੇ ਸੱਚ ਤੋਂ ਸੰਨਿਆਸ ਲੈਣ ਦੀ ਸਹੁੰ ਖਾਂਦੇ ਨੇ ਜੀ 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 ਇੱਕ ਤੇ ਮੇਰੀ ਜੱਜਮੈਂਟ ਇਹ ਸਹੀ ਹੋ ਗਈ ਅਤੇ ਨੰਬਰ 2 ਜਿਹੜਾ ਸਾਡੇ ਵੀਰ ਮੱਖਣ ਸਿੰਘ ਕਹਿ ਕੇ ਗਏ ਨੇ ਭਾਈ ਪੱਕਾ ਸਿੱਖ ਪੱਕਾ ਮੁਸਲਮਾਨ ਇਹਨੂੰ ਕੱਚਾ ਕਰਨਾ ਚਾਹੀਦਾ ਤਾਂ ਨਹੀਂ ਤਾਂ ਗੱਲ ਬਣਨੀ ਨਹੀਂ ਇਹਨਾਂ ਨੂੰ ਮੈਂ ਵੀਰ ਮੱਖਣ ਸਿੰਘ ਨੂੰ ਇਹ ਕਹਿਣਾ ਚਾਹੁੰਦਾ ਵੀ ਸਾਡੇ ਪੜ੍ਹਨ 'ਚ ਇੱਦਾਂ ਸਿੱਖ ਇਤਿਹਾਸ 'ਚ ਇਹ ਆਇਆ ਵੀ ਸਾਡੇ ਗੁਰੂ ਸਾਹਿਬ ਹਮੇਸ਼ਾ ਕਹਿੰਦੇ ਸੀ ਵੀ ਜਿਹੜਾ ਸਿੱਖ ਉਹ ਪੱਕਾ ਸਿੱਖ ਬਣੇ ਜਿਹੜਾ ਮੁਸਲਮਾਨ ਪੱਕਾ ਮੁਸਲਮਾਨ ਬਣੇ ਜਿਹੜਾ ਹਿੰਦੂ ਆ ਪੱਕਾ ਹਿੰਦੂ ਬਣੇ ਉਹ ਹਿੰਦੂ ਜਿਹੜਾ ਪੱਕੇ ਦਾ ਮਤਲਬ ਇਹ ਹੁੰਦਾ ਜਿਹੜਾ ਪੱਕਾ ਹਿੰਦੂ ਹੋਏਗਾ ਪੱਕਾ ਮੁਸਲਮਾਨ ਹੋਏਗਾ ਪੱਕਾ ਸਿੱਖ ਹੋਗਾ ਜਾਂ ਪੱਕਾ ਧਰਮੀ ਇੱਕ ਮਿੰਟ ਜਾਂ ਪੱਕਾ ਧਰਮੀ ਹੋਏਗਾ ਉਹਦੇ ਵਿੱਚ ਇਮਾਨਦਾਰੀ ਹੋਏਗੀ ਉਹਦੇ ਵਿੱਚ ਇਨਸਾਨੀਅਤ ਹੋਏਗੀ ਉਹਦੇ ਵਿੱਚ ਇਖਲਾਕ ਹੋਏਗਾ ਅਤੇ ਉਹਦੇ ਵਿੱਚ ਸਹਿਣਸ਼ੀਲਤਾ ਹੋਏਗੀ ਇਸ ਕਰਕੇ ਲੜਾਈ ਝਗੜਾ ਨਹੀਂ ਹੋਏਗਾ ਇਹ ਗੁਰੂ ਸਾਹਿਬ ਇਹ ਤਾਂ ਮੱਖਣ ਸਿੰਘ ਹੁਣੀ ਉਲਟ ਕਹਿ ਗਏ ਅੱਗੇ ਵੀ ਇੱਕ ਵਾਰੀ ਇਹਨਾਂ ਨੇ ਇੱਕ ਵਾਰੀ ਉਲਟ ਕੀਤੀ ਇੱਦਾਂ ਗੱਲ ਇਹ ਗੁਰਮਤ ਨਹੀਂ ਹੈ ਗੁਰੂ ਸਾਹਿਬ ਨੇ ਕੁਛ ਹੋਰ ਕਿਹਾ ਸੀਗਾ ਹੈ ਨਾ ਜੀ ਮੈਂ ਉਸੇ ਗੱਲ ਨੂੰ ਕਿਹਾ ਮੈਂ ਉਸੇ ਗੱਲ ਨੂੰ ਕਿਹਾ ਕਿ ਆਪਾਂ ਤਿੰਨੋਂ ਹੋਲੀ ਬੁੱਕਾਂ ਦੀ ਗੱਲ ਕਰ ਲਈਏ ਕਿਉਂਕਿ ਤਿੰਨਾਂ ਦਾ ਨਾਂ ਤੁਸੀਂ ਲਿੱਤਾ ਉਹ ਸਿਰਫ ਇੱਕ ਹੀ ਗੱਲ ਸਾਨੂੰ ਸਮਝਾਉਂਦੀ ਹੈ ਔਰ ਜੇਕਰ ਅਸੀਂ ਸਾਨੂੰ ਉਹ ਗੱਲ ਸਮਝ ਆ ਗਈ ਤਾਂ ਸ਼ਾਇਦ ਆਪਾਂ ਆਪਣੇ ਸਿਆਸੀ ਮਸਲਿਆਂ ਨੂੰ ਛੱਡ ਕੇ ਆਪਣੇ ਨਿੱਜੀ ਮਸਲਿਆਂ ਨੂੰ ਛੱਡ ਕੇ ਆਪਣੇ ਫਾਇਦੇ ਨੂੰ ਛੱਡ ਕੇ ਆਪਾਂ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਾਂਗੇ ਔਰ ਸਭ ਤੋਂ ਅਹਿਮ ਗੱਲ ਇਨਸਾਨੀਅਤ ਲਈ ਕੰਮ ਕਰਾਂਗੇ ਬਿਲਕੁਲ ਮੈਂ ਤਾਂ ਕਿਹਾ ਨਾ ਪੱਕੇ ਦਾ ਮਤਲਬ ਮੱਖਣ ਸਿੰਘ ਮੇਰੇ ਵੀਰ ਸੁਣ ਰਹੇ ਹੋਣੇ ਆ ਪੱਕੇ ਦਾ ਮਤਲਬ ਗੁਰੂ ਸਾਹਿਬ ਨੇ ਤਾਂ ਹੀ ਕਹਿੰਦੇ ਪੱਕੇ ਦਾ ਮਤਲਬ ਹੁੰਦਾ ਉਸ ਇਨਸਾਨ ਦੇ ਵਿੱਚ ਧਰਮ ਤੇ ਹੋਏਗਾ ਹੀ ਉਹਦੇ ਵਿੱਚ ਇਨਸਾਨੀਅਤ ਹੋਏਗੀ ਉਹਦੇ ਵਿੱਚ ਇਮਾਨਦਾਰੀ ਹੋਏਗੀ ਉਹਦੇ ਵਿੱਚ ਇਖਲਾਕ ਦਾ ਧਾਰਨੀ ਹੋਏਗਾ ਉਹਦੇ ਵਿੱਚ ਸਹਿਣਸ਼ੀਲਤਾ ਹੋਏਗੀ ਤੇ ਲੜਾਈ ਫਿਰ ਨਹੀਂ ਹੋਏਗੀ ਬਿਲਕੁਲ ਕਰੈਕਟ ਇਹਨਾਂ ਪੋਲੀਟੀਸ਼ੀਅਨਸ ਦੀ ਲੋੜ ਹੈ ਸਾਨੂੰ ਇਹਨਾਂ ਪੋਲੀਟੀਸ਼ੀਅਨਸ ਦੀ ਲੋੜ ਹੈ ਬਿਲਕੁਲ ਬਿਲਕੁਲ ਹਾਂ ਪੱਕੇ ਦਾ ਮਤਲਬ ਕੱਟੜ ਨਹੀਂ ਹੁੰਦਾ ਜਿਹੜੇ ਰਾਈਟਰ ਦੀ ਗੱਲ ਪੜ੍ਹ ਰਹੇ ਸੀ ਪੱਕੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਕੱਟੜ ਹੁੰਦਾ ਨਹੀਂ ਉਹਦੇ ਵਿੱਚ ਇਹ ਤਿੰਨ ਚਾਰ ਜਿਹੜੀਆਂ ਮੈਂ ਚੀਜ਼ਾਂ ਕਹੀਆਂ ਉਹਦੇ ਵਿੱਚ ਇਹ ਗੁਣ ਬਿਲਕੁਲ ਸਮਝ ਆਇਆ ਭੋਗਲ ਜੀ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਦੀ ਵੀ ਕਾਲ ਲੈ ਲਈਏ ਜੀ 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 ਧੰਨਵਾਦ ਜੀ ਹੈਲੋ ਹਾਂਜੀ ਹਰਕ੍ਰਿਸ਼ਨ ਜੀ ਤੁਸੀਂ ਮੈਨੂੰ ਉਲਟੇ ਪਾਤਾ ਦੇਖੋ ਆਪਣਾ ਦੇਸ਼ ਸਿਰਫ ਨਾ 70 ਸਾਲ ਪਹਿਲਾਂ ਆਜ਼ਾਦ ਹੋਇਆ ਠੀਕ ਹੈ ਆਪਾਂ ਬਹੁਤ ਯੰਗ ਇਕੋਨਮੀ ਆ ਯੰਗ ਡੈਮੋਕ੍ਰੇਸੀ ਆ ਇਹਨੂੰ ਨਾ ਇੰਪਰੂਵ ਹੋਣ ਲਈ ਟਾਈਮ ਲੱਗਣਾ ਸਾਰੇ ਰਲ ਕੇ ਕੰਮ ਕਰੀਏ ਤਾਂ ਅੱਛੀ ਗੱਲ ਆ ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਸਾਡੇ ਕੋਲ IPL ਤੁਹਾਨੂੰ ਪਤਾ ਕ੍ਰਿਕਟ ਦੇ ਨਾ ਆਪਣੇ ਮੈਚ ਹੁੰਦੇ ਆ ਹੁਣ ਹਨਾ ਉਹ ਇਸ ਵੇਲੇ ਲੋਕੀ ਲਾਈਨਾਂ ਲੱਗੀਆਂ ਪਈਆਂ ਕਿ ਅਸੀਂ ਇੰਡੀਆ ਜਾ ਕੇ ਖੇਡਣਾ ਥੋੜੀ ਦੇਰ ਪਹਿਲਾਂ ਇੰਗਲੈਂਡ ਦੇ ਆਸਟ੍ਰੇਲੀਆ ਦੇ ਗੋਦੇ ਡਿਕਲਾਈਨ ਕਰਦੇ ਸੀ ਜਦੋਂ ਨਾ ਟੀਮ ਪਿੱਕ ਹੁੰਦੀ ਸੀ ਉਹ ਕਹਿੰਦੇ ਅਸੀਂ ਨੇ ਉੱਥੇ ਜਾਣਾ ਠੀਕ ਹੈ ਅੱਜ ਉਹ ਲਾਈਨਾਂ ਲੱਗ ਕੇ ਖੜੇ ਆ ਕਿ ਸਾਨੂੰ ਪਲੀਜ਼ ਲੈ ਲਓ ਇੱਦਾਂ ਸਾਡੀ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਇੰਪਰੂਵ ਹੋਣਾ ਇੰਡਸਟਰੀ ਵਧੀਆ ਹੋਣੀ ਆ ਸਮਾਜ ਸਾਡਾ ਵਧੀਆ ਹੋਣਾ ਪਰ ਇਹਦੇ ਲਈ ਟਾਈਮ ਲੱਗਣਾ ਇਹਦੇ ਲਈ ਸਾਨੂੰ ਵੀ ਕੰਮ ਕਰਨਾ ਜਿਹੜੀ ਸਟੇਟਮੈਂਟ ਦਿੱਤੀ ਸੀ ਕਿ ਇੰਡੀਆ ਇਜ਼ ਇਕਨੋਮੀ ਨੰਬਰ 1 ਮੈਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਪੜ੍ਹ ਕੇ ਸੁਣਾ ਦਵਾਂ ਦੀ ਇਕਨੋਮੀ ਆਫ ਇੰਡੀਆ ਇਜ਼ ਡਿਵੈਲਪਿੰਗ ਮਿਕਸ ਇਕਨੋਮੀ ਇਟ ਇਜ਼ ਅ ਵਰਲਡ 6th ਲਾਰਜੈਸਟ ਇਕਨੋਮੀ ਬਾਈ ਨੋਮੀਨਲ GDP ਐਂਡ ਦੀ 3rd ਲਾਰਜੈਸਟ ਬਾਈ ਪਰਚੇਜ਼ਿੰਗ ਪਾਵਰ ਪੈਰਿਟੀ ਜਾਂ ਜਿਹਨੂੰ ਆਪਾਂ PPP ਕਹਿੰਦੇ ਹਾਂ ਔਰ ਜੇਕਰ ਅਸੀਂ ਕੰਟਰੀ ਦੀ ਗੱਲ ਕਰੀਏ ਤਾਂ 140 ਪਰ ਕੈਪੀਟਾ ਦੀ ਹਜੇ ਉਹਦੇ ਵਿੱਚ ਆਉਂਦੀ ਹੈ ਤਾਂ ਲੋੜ ਹੈਗੀ ਹੈ ਇੰਡੀਆ ਨੂੰ ਬੂਸਟ ਕਰਨ ਦੀ ਲੋੜ ਹੈਗੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਕਿ ਜੋ ਕਿ ਮੈਨੂਫੈਸਟੋ ਦੇ ਵਿੱਚ ਸਰਕਾਰਾਂ ਆ ਕੇ ਲਿਖਦੀਆਂ ਹਨ ਚਾਹੇ ਉਹ ਕਾਂਗਰਸ ਸਰਕਾਰ ਹੋਏ ਚਾਹੇ ਉਹ BJP ਸਰਕਾਰ ਹੋਏ ਜੋ ਤੁਸੀਂ ਮੈਨੀਫੈਸਟੋ ਦੇ ਵਿੱਚ ਲਿਖਿਆ ਹੈ ਉਸ ਬਾਰੇ ਵਿਚਾਰ ਕਰੋ ਮੈਨੂੰ ਲੱਗਦਾ TV ਡਿਬੇਟਾਂ ਦੇ ਵਿੱਚ ਉਸ ਬਾਰੇ ਡਾਇਲੋਗ ਹੋਣਾ ਚਾਹੀਦਾ ਔਰ ਪਬਲਿਕ ਡੋਮੇਨ ਦੇ ਉੱਤੇ ਇਸ ਬਾਰੇ ਗੱਲ ਹੋਣੀ ਚਾਹੀਦੀ ਹੈ ਪਤਾ ਕੀ ਹੈ ਜਿੱਦਾਂ ਇੱਕ ਭਾਜੀ ਨੇ ਕਿਹਾ ਕਿ ਇਨਸਾਨੀਅਤ ਲਈ ਕੰਮ ਕਰੀਏ ਜੀ ਜੀ ਰਾਈਟ ਇਦਾਂ ਹੀ ਆਪਾਂ ਆਪਣੇ ਦੇਸ਼ ਲਈ ਕੰਮ ਕਰੀਏ ਜਿੰਨੇ ਨਾ ਦੇਸ਼ ਬਹੁਤ ਅਗਾਂਹ ਵਧੂਗਾ ਉਹ ਸਾਰੇ ਉਹਨਾਂ ਦੀ ਪਬਲਿਕ ਤੇ ਕੰਮ ਕਰਦੇ ਉਹ ਕੀ ਕਰਦੇ ਆ ਬਿਲਕੁਲ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਕਿ ਅਸੀਂ ਆਪਣੇ ਸਾਂਸਦਦਾਰਾਂ ਨੂੰ ਯਾਦ ਦਿਵਾਈਏ ਆਪਣੇ MPs ਨੂੰ ਆਪਣੇ MLAs ਨੂੰ ਯਾਦ ਦਿਵਾਈਏ ਕਿ ਤੁਸੀਂ ਇਹ ਵਾਅਦਾ ਕੀਤਾ ਸੀਗਾ ਨੌਕ ਨੌਕ ਕਰੀਏ ਕਿ ਪਲੀਜ਼ ਡੂ ਇਟ ਸਾਨੂੰ ਬਹੁਤ ਲੋੜ ਹੈਗੀ ਹੈ ਪਲੀਜ਼ ਸਾਨੂੰ ਕਿਸੇ ਹੋਰ ਪਾਸੇ ਗੁੰਮਰਾਹ ਨਾ ਕਰੋ ਕਿਸੇ ਹੋਰ ਪਾਸੇ ਸਾਡਾ ਧਿਆਨ ਨਾ ਲੈ ਕੇ ਜਾਓ ਸਾਡਾ ਧਿਆਨ ਲੈ ਕੇ ਜਾਓ ਅਤੇ ਸਿਰਫ ਡਿਵੈਲਪਮੈਂਟ ਦੇ ਵੱਲ ਹਾਂ ਕੰਮ ਕਰੀਏ ਅੱਛਾ ਇੱਕ ਗੱਲ ਹੈ ਜਦੋਂ ਮੈਂ IPL ਦੀ ਇਗਜ਼ਾਮਪਲ ਦਿੱਤੀ ਨਾ ਇੱਦਾਂ ਇੰਡੀਆ 'ਚ ਆਪਣਾ ਹੋਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਛੇਤੀ ਦੇਖਣ ਵਾਲੀਆਂ ਹੀ ਆ ਕਿ ਉਹਨਾਂ ਨੇ ਬਹੁਤ ਡਿਵੈਲਪ ਹੋ ਜਾਣਾ ਤੁਸੀਂ ਕੋਈ ਫਿਕਰ ਨਾ ਕਰੋ ਉੱਦਾਂ ਆਪਣਾ ਠੀਕ ਹੈ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹਾਂ ਪਰ ਇੰਨਾ ਨੈਗੇਟਿਵ ਇਹਨਾਂ ਲੋਕੀ ਸੋਹਣ ਕਿਉਂਕਿ ਲੋਕਾਂ ਨੂੰ ਕਈਆਂ ਨੂੰ ਨਾ ਕਈ ਕਈ ਸਾਲ ਹੋ ਗਏ ਉੱਥੇ ਗਏ ਹੀ ਨਹੀਂ ਹੁਣ ਜਾ ਕੇ ਦੇਖੋ
ਕੀ ਦਾ ਕੀ ਬਣਿਆ ਪਿਆ, ਠੀਕ ਹੈ, ਬਹੁਤ ਵਧੀਆ ਵੀ ਚੀਜ਼ਾਂ ਹੈਗੀਆਂ ਉਹ ਵੀ ਜ਼ਿਆਦਾ ਦੱਸਿਆ ਕਰੋ ਤੇ ਤੁਹਾਡੇ ਬਹੁਤ ਬਹੁਤ ਧੰਨਵਾਦ। ਹਾਂਜੀ ਮੈਂ ਤਾਂ ਕਹਿੰਦਾ ਸਿਆਸਤਦਾਨਾਂ ਨੂੰ ਕਿ ਤੁਸੀਂ ਵਧੀਆ ਚੀਜ਼ਾਂ ਆ ਕੇ ਡਿਬੇਟਾਂ ਦੇ ਉੱਤੇ ਦੱਸੋ, ਆਪਣੇ ਚੈਨਲਾਂ ਦੇ ਉੱਤੇ ਆ ਕੇ ਦੱਸੋ, ਤੁਸੀਂ ਗਊ ਮਾਤਾ, ਗੰਗਾ, ਯਮੁਨਾ, ਰਾਮ ਮੰਦਿਰ, ਇਸ ਤੋਂ ਇਲਾਵਾ ਬਾਹਰ ਨਿਕਲੋ, ਹੋਰ ਵੀ ਬਹੁਤ ਸਾਰੇ ਮੁੱਦੇ ਨੇ, ਆਓ ਕਰੋ ਵਿਚਾਰ, ਅਸੀਂ ਵੀ ਕਰਾਂਗੇ ਤੁਹਾਡੇ ਨਾਲ ਵਿਚਾਰ ਇਸ ਬਾਰੇ, ਲੇਕਿਨ ਇਸ ਬਾਰੇ ਵਿਚਾਰ ਹੀ ਨਹੀਂ ਕਰਨਾ ਚਾਹੁੰਦੇ ਬਿਕੋਜ਼ ਉਹ ਭਟਕਾਉਣਾ ਚਾਹੁੰਦੇ ਆ ਲੋਕਾਂ ਨੂੰ ਕਿ ਚਲੋ ਇਸ ਪਾਸੇ ਅਸੀਂ ਤੋੜ ਦਈਏ। ਤੁਹਾਨੂੰ ਮੈਂ ਸ਼ੋਰਟ 'ਚ ਦੱਸਾਂ ਨਾ, ਉਹ ਹੈਗੀ ਹੈ ਟੈਕਸ ਰੈਵਨਿਊ। ਜੇ ਟੈਕਸ ਰੈਵਨਿਊ ਗਵਰਨਮੈਂਟ ਕੋ ਹੋਵੇ ਨਾ ਆਪਣਾ ਦੇਸ਼ ਆਜ਼ਾਦ ਹੋ ਜਾਣਾ, ਲੇਕਿਨ ਲੋਕੀ ਦੇਖੇ ਨਹੀਂ ਤਾਂ ਜੀ ਹੁਣ ਵਿਚਾਰੇ ਕੀ ਕਰਨ, ਮਿਨਿਸਟਰ ਕੀ ਕਰਨ। ਨਹੀਂ ਨਹੀਂ ਹੁਣ ਤਾਂ ਬਹੁਤ ਸਹੂਲਤ ਹੈ ਜੀ, ਹੁਣ ਤਾਂ ਵਨ ਟੈਕਸ ਵਨ ਨੇਸ਼ਨ ਹੈ, ਹੁਣ ਤਾਂ ਜੀ ਐਸ ਟੀ ਹੈਗਾ, ਔਰ ਇਸ ਤੋਂ ਵੀ ਉਮੀਦਾਂ ਹੈਗੀਆਂ। ਆਪਾਂ ਲੋਕੀ ਦਿੰਦੇ ਨੇ ਨਾ, ਲੋਕੀ ਵੋਟ ਕਰਦੇ ਆ, ਖਜ਼ਾਨੇ 'ਚ ਜੋ ਹੋਊਗਾ ਉਹੀ ਕੁਛ ਕਰਨਗੇ ਉਹ। ਜੀ ਜੀ ਜੀ, ਠੀਕ ਹੈ ਨਾ, ਇਹ ਵੱਡੀ ਪ੍ਰੋਬਲਮ ਆ ਇੱਥੇ। ਹੁਣ ਆਪਾਂ ਅਸੀਂ ਇੰਗਲੈਂਡ 'ਚ ਰਹਿੰਦੇ ਹਾਂ, ਹਰ ਬੰਦਾ ਟੈਕਸ ਦੇ ਕੇ ਘਰੋਂ ਪੈਕਟ ਲੈ ਕੇ ਆਉਂਦਾ, ਉੱਥੇ ਉਹ ਹਿਸਾਬੇ ਦੀ ਕਰ ਜਾਂਦੇ ਆ। ਹੈਂ, ਜਦ ਹੁਣ ਰੈਵਨਿਊ ਵੱਲ ਕੋਈ ਚਾਂਸਲਰ ਕੋਈ ਹੈ ਹੀ ਨਹੀਂ ਖਜ਼ਾਨਾ ਮੰਤਰੀ, ਕੋ ਉਹ ਕੀ ਕਰ ਲੂਗਾ, ਤੁਹਾਡਾ ਕੀ ਹਾਲ ਉਹਦਾ ਨਹੀਂ ਦਿਲ ਕਰਦਾ। 2014 ਤੋਂ ਪਹਿਲਾਂ ਜੀ ਡੀ ਪੀ ਜਿਹੜੀ ਸੀਗਾ, ਫਿਸਕਲ ਡੈਫਿਸਿਟ ਜਿਹੜਾ ਸੀਗਾ, ਇਟ ਵਾਜ ਨੀਅਰ ਅਬਾਊਟ 5.6% ਇਨ ਗਰੋਇੰਗ ਸਟੇਜ, ਤੇ ਉਹ ਟੈਕਸ ਜਿਹੜਾ ਹੁਣ ਇਹਨਾਂ ਨੇ ਲਾਇਆ, ਇਹਨਾਂ ਨੇ ਕਿਹਾ ਸੀ ਕਿ ਜਿਹੜਾ ਵਨ ਨੇਸ਼ਨ ਵਨ ਟੈਕਸ ਆਏਗਾ, ਇਸ ਤੋਂ ਤਾਂ ਇਕਾਨਮੀ ਹੋਰ ਬੂਸਟ ਹੋਏਗੀ, ਹੋਰ ਸਟਰੋਂਗ ਹੋਏਗੀ। ਫਿਰ ਤਾਂ ਇਕਾਨਮੀ ਬੂਸਟ ਹੋਣੀ ਚਾਹੀਦੀ ਸੀਗੀ, ਸਟਰੋਂਗ ਹੋਣੀ ਚਾਹੀਦੀ ਸੀਗੀ। ਪੈਟਰੋਲ ਐਂਡ ਡੀਜ਼ਲ ਦੇ ਕੀਮਤ ਕਿਉਂ ਨਹੀਂ ਘੱਟ ਹੋ ਰਹੇ, ਕਿਉਂ ਨਹੀਂ ਇਹਨਾਂ ਦਾਮ ਦਿਨ ਬਰ ਦਿਨ ਵੱਧਦੇ ਜਾ ਰਹੇ ਨੇ, ਇਹ ਵਨ ਨੇਸ਼ਨ ਵਨ ਟੈਕਸ ਆਉਣ ਤੋਂ ਬਾਵਜੂਦ ਵੀ ਪਹਿਲਾਂ ਵੀ ਟੈਕਸ ਭਰਦੇ ਸੀਗੇ। ਮੈਨੂੰ ਲੱਗਦਾ ਕਿ ਲੈਟਸ ਇਹ ਤੁਹਾਡੇ ਤੋਂ ਜਵਾਬ ਨਹੀਂ, ਆਪਾਂ ਜ਼ਰੂਰ ਬੁਲਾ ਰਹੇ ਤੋਂ ਜਵਾਬ ਲਵਾਂਗੇ, ਲੇਕਿਨ ਸਵਾਲ ਮੇਰਾ ਬਣਿਆ ਹੋਇਆ ਹੈ। ਮੇਰੇ ਕੋ ਫਿਕਰ ਆ, ਦੇਖੋ ਜਿਹੜਾ ਨਾ ਕਰੂਡ ਆਇਲ ਦੀ ਪ੍ਰਾਈਸ, ਜੀ ਜੀ ਜੀ, ਬਹੁਤ 18 ਮਹੀਨੇ ਪਹਿਲਾਂ ਨਾ $47 ਇਹ ਬੈਰਲ ਆ ਗਈ ਸੀ, ਜੀ ਜੀ ਜੀ, ਇਸ ਵੇਲੇ 70 ਤੇ ਚੱਲ ਰਹੀ ਆ, ਜੀ, ਇਸ ਕਰਕੇ ਨਹੀਂ ਘਟੀਆਂ, ਜੀ, ਠੀਕ ਹੈ, ਇਕੱਲੀ ਉੱਥੇ ਨਹੀਂ ਘਟੀਆਂ, ਇੱਥੇ ਸਾਡੇ ਵੀ ਨਹੀਂ ਘਟੀਆਂ, ਇੰਗਲੈਂਡ 'ਚ ਵੀ ਨਹੀਂ ਘਟੀਆਂ, ਠੀਕ ਹੈ, ਰੀਜਨ ਇਹ ਮੁੜ ਕੇ ਪਿਕਅਪ ਹੋ ਗਿਆ, ਜੀ, ਆਇਲ, ਜੀ, $300 billion ਦੇ ਕਰੀਬ ਜਿਹੜਾ 2017-18 ਦੀ ਫਿਗਰ ਆਈ ਹੈ, ਔਰ 2013-14 ਦੀ ਜੇਕਰ ਗੱਲ ਕਰੀਏ ਤਾਂ ਉਸ ਟਾਈਮ ਜਿਹੜੀ ਫਿਗਰ ਸੀਗੀ, ਫਿਗਰ ਲਗਭਗ ਨੀਅਰ ਅਬਾਊਟ $403 billion ਸੀਗੀ, ਯਾਨੀ ਕਿ $100 billion ਜ਼ਿਆਦਾ ਸੀਗੀ। ਤੇ ਤੁਹਾਨੂੰ ਕੀ ਕਾਰਨ ਲੱਗਦਾ ਕਿ ਜਿਹੜੀ ਹੈ ਐਕਸਪੋਰਟ ਹੈ ਉਹ ਵੀ ਘੱਟ ਹੋ ਗਿਆ, ਤੁਹਾਨੂੰ ਕੀ ਲੱਗਦਾ? ਇੱਕ ਵਾਰ ਪਿਛਲੇ ਜਿਹੜੀ ਨੋਟਬੰਦੀ ਕੀਤੀ ਸੀਗਾ, ਉਹਨਾਂ ਚੰਗੀਆਂ ਕੰਮ ਚੰਗੀ ਗੱਲ ਸੋਚ ਕੇ ਕੀਤੀ ਸੀ, ਪਰ ਉਹਨਾਂ ਇਕਨੋਮੀ ਨੂੰ ਫਰਕ ਪੈ ਗਿਆ। ਚਲੋ ਹੁਣ ਤੁਸੀਂ ਮੰਨਦੇ ਹੋ ਇਕਨੋਮੀ ਨੂੰ ਫਰਕ ਪੈ ਗਿਆ, ਆਈ ਵਾਜ਼ ਜਸਟ ਵਾਂਟ ਟੂ ਲਿਸਨ ਦਿਸ, ਔਰ ਤੁਸੀਂ ਸਹਿਮਤ ਹੋ ਗਏ ਮੇਰੀ ਇਸ ਗੱਲ ਤੋਂ ਕਿ ਇਕਨੋਮੀ ਨੂੰ ਫਰਕ ਪੈ ਗਿਆ। ਥੈਂਕ ਯੂ ਵੈਰੀ ਮਚ। ਇੱਕ ਕਾਲ ਸਾਡੇ ਨਾਲ ਲੱਗੀਆਂ ਹੋਈਆਂ ਕਾਫੀ ਸਾਰੀਆਂ, ਮੈਂ ਜ਼ਰੂਰ ਕਾਲ ਲਵਾਂਗਾ, ਤੁਸੀਂ ਆਪਣੇ ਫੋਨ ਨੂੰ ਜ਼ਰੂਰ ਨਾ ਕੱਟਿਓ, ਸਿਰਫ ਇੱਕ ਨਿੱਕੇ ਜਿਹੇ ਵਕਫੇ ਰੁਕ ਰਿਹਾ, ਕਮਿੰਗ ਬੈਕ ਆਫਟਰ ਦਿਸ ਸ਼ਾਰਟ ਬ੍ਰੇਕ।